लो जी, अज आप पालिया सूट तो आदेश ने खोल लिया आपका सूट केस, मैं पाया सूट तो इन्हें भी खोल लिया सूट केस। हाय पता नहीं की कुछ रखी बैठा है ये, मैं तो कोई समझ नहीं आई की कट रहे होने चो शूज ते कसमान ही पाया हुआ है कपड़े का, बस इन्हें अज आप इन्हों सैटिंग करा एक सूटकेस पता नहीं किन्ना समान हो पाया ढेर आते ढेर ही पा रखे। तुम दस्यो जी थोड़ा मेरा सूट है जो कैसा लग्या, क्योंकि अज मैं ये पहले दिन पाया है। क्योंकि अज असी जा रहे हैं साढ़े मामा जी के घर, तो फिर मामा जी के घर जाने तो फिर सूट पाना जरूरी है, क्योंकि मामा जी की कहेंगे सब तो बड़ा रोग की कहेंगे लोग सब तो बड़ा रोग की कहेंगे लोग। वो भी एक बारी पाई है, वो हरी ग्रीन भी एक बारी पाई है, कपड़े ते पैसे ला ला के सिटी जाना है, मनी वेस्टेज करी जाना है। चलो चलिए हुण आई भी आरो सारा कुछ नहीं हो सिटांगे सिटांगे और की सिटांगे के रखांगे आगे रख लेंगे ना सूटकेस नु कर उधर ओ थे जिथे कंध दे नाल सामने ਉਹਦੇ ਉੱਪਰ ਇਹ ਰੱਖ ਦੇ ਤੇ ਆਪਾਂ ਆ ਕੇ ਸ਼ਾਮ ਨੂੰ ਇਹਨਾਂ ਨੂੰ ਹੋਰ ਸੂਟਕੇਸ ਦੇ ਵਿੱਚ ਟ੍ਰਾਂਸਫਰ ਕਰਾਂਗੇ, ਸਮਝ ਗਏ? ਖਲਾਰਾ ਨਾ ਪਾ, ਪਾਣੀ ਪਹਿਲਾਂ ਬੂਟ ਪਾਟ, ਸਫਾਈ ਰੱਖਣ ਦੀ ਆਦਤ ਪਾਓ, ਸਫਾਈ ਬਹੁਤ ਜ਼ਰੂਰੀ ਹੁੰਦੀ ਹੈ। ਆ ਗਏ ਕੈਨੇਡਾ ਵਰਗੇ ਦੇਸ਼ 'ਚ ਤੇ ਪਾਉਣ ਲੱਗ ਗਏ ਗੰਦ। इधर दी आ जांदे फिर आप फड़ ही लिया पता हों अच्छा।
ਇਧਰ ਗੇਮ ਚੱਲੀ ਜਾਂਦੀ ਹੈ ਨਾਲ ਸੰਦੇ ਦਾ ਪਾ ਕੇ ਦੋ ਲੱਖਾਂ ਕੁੜੀਆਂ ਮੁੰਡੇ ਨੂੰ ਕੰਗਣ ਦੇ ਲੈ ਕੇ ਅੱਛਾ ਕਿੱਡੀਆਂ ਕਿੱਡੀਆਂ ਹੋ ਗਈਆਂ ਬੇਟੀਆਂ ਕੁੜੀਆਂ ਨਵੇਂ ਸਾਲ 'ਚ ਵੱਡੀ ਛੋਟੀ ਅੱਛਾ ਅੱਛਾ ਵੱਡੀ ਨਵਾਂ ਮਹੀਨਾ ਲੱਗੀ अच्छा बेटा भी हैगा ओदे कोले हां हां चलो बहुत बढ़िया बेटा अच्छा मेनू पता नहीं सीगा भी हैगा अच्छा हस्बैंड भी आए सी नहीं नहीं कल्ली आई कल्ली आई भी दिन लागी हम भी दिन लागी हां भी दिन लागी चलो बढ़िया गल है ਇੱਥੇ ਬੱਚਿਆਂ ਦੇ ਟੋਇਜ਼ ਬਹੁਤ ਹੁੰਦੇ ਆ ਨਾ ਹਰੇਕ ਘਰੇ ਮੈਂ ਦੇਖਿਆ ਵਾਧੂ ਚੱਲਦੇ ਹੁੰਦੇ ਲਓ ਸਾਰੇ ਲਓ ਖਾਈ ਜਾਣ ਦੋ ਇਹਨੂੰ ਵਧੀਆ ਖਾ ਰਿਹਾ ਮੇਰਾ ਤਾਂ ਕਹਿੰਦੇ ਵਾਧੂ ਜੀ ਲੱਗਿਆ ਇੱਥੇ ਨਹੀਂ ਤੇ ਬੈਠਦੀਆਂ ਪਾਰਕਾਂ ਚ ਸ਼ਾਮ ਨੂੰ ਚੜਨੀ ਬਾਹਲੀ ਪੈਂਦੀ ਉੱਤਰੀ ਇੱਕ ਦਰਖਤ ਬਾਹਲੀ ਡਰ ਲੱਗਦਾ ਅੱਛਾ ਅੱਛਾ ਹਾਂ ਇਉਂ ਕਰਕੇ ਨੀ ਫਿਰ ਜਾਈਦਾ ਉੱਤੋਂ ਦੀ ਵਾਲ ਕੇ ਜੇ ਘੰਟਾ ਲੱਗਦਾ ਫਿਰ ਦੂਰ ਬਾਹਲੀ ਪੈਂਦਾ ਠੀਕ ਹੈ ਫਿਰ ਮੇਰੀ ਲੱਤ ਤੋਂ ਫੜ ਲੱਗ ਜਾਂਦੀ ਜੇ ਬਾਹਲੀ ਵਾਕ ਕਰਨਾ ਤਾਂ ਨੇੜੇ ਹੈ ਨੀ ਇੱਧਰ ਨੇੜੇ ਹੈ ਨੀ ਹਾਂ ਜੇ ਨੇੜੇ ਆ ਇੱਥੇ ਤਾਂ ਕੋਈ ਨੀ ਹੁੰਦਾ ਹੈਗੀ ਪਾਰਕ ਤਾਂ ਇੱਥੇ ਵੀ ਘਰ ਦੇ ਮਗਰਲੇ ਪਾਸੇ ਇੱਥੇ ਕੋਈ ਹੁੰਦਾ ਹੀ ਨੀਗਾ ਤੇ ਪਾਸੇ ਦਰਖਤ ਰੁੱਖ ਤਾਂ ਫਿਰ ਡਰ ਲੱਗਦਾ ਬੈਠਿਆਂ ਨੂੰ ਪਹਿਲਿਆਂ ਨੂੰ ਉੱਥੇ ਅੱਛਾ ਅੱਛਾ ਕੀ ਕਰ ਜਾ ਕੇ ਬਹਿਣੇ ਇੱਧਰ ਵੀ ਬਸ ਕੋਈ ਹੁੰਦੀ ਨੀ ਬੁੜੀ ਕਦੀ ਆਉਂਦੀਆਂ ਹੱਥ ਨੇ ਜੇ ਜਵਾਬ ਕਰਦੇ ਹੁੰਦੇ ਕਿਤੇ ਜਾ ਕੇ ਬਹਿ ਜਾਈਦਾ ਤੈਨੂੰ ਆ ਜਾਈ ਤੈਨੂੰ ਨਹੀਂ ਜਾਈਦਾ ਠੀਕ ਹੈ ਇੱਕ ਇੱਥੇ ਕਮਰੇ ਵੀ ਉੱਪਰ ਹੁੰਦੇ ਆ ਨਾ ਪੈਣ ਨੂੰ ਚੱਲ ਕੇ ਜਾਊਂਗੇ ਤੁਸੀਂ ਉੱਪਰ ਜਾਊਂਗੇ ਤਾਂ ਹਨਾ ਜਿਹਨਾਂ ਦੇ ਗੋਡੇ ਗੁੱਡੇ ਦੁਖਦੇ ਆ ਉਹਨਾਂ ਨੂੰ ਕੀ ਬਣਦਾ ਉੱਪਰ ਫਿਰ ਆਹੀ ਆ ਫਿਰ ਜਾਂਦੇ ਉੱਪਰ ਅਗਲੇ ਆ ਜਾਂਦੇ ਹੋ ਕੇ ਨਾ ਸਵੇਰੇ ਨਹਾ ਕੇ ਥੱਲੇ ਆ ਜਾਈਦਾ ਬਸ ਮੜ ਕੇ ਕਦੇ ਚੜੇ ਨੀ ਗੇ ਅੱਛਾ ਰਾਤ ਨੂੰ ਪੈਣ ਲੱਗੇ ਚੜੀਦਾ ਜਗ੍ਹਾ ਘੱਟ ਹੁੰਦੀ ਆ ਨੀਚੇ ਤਾਂ ਇੱਕ ਅੱਧਾ ਬਣਾ ਲੈਂਦੇ ਜਰੂਰੀ ਆ ਵੀ ਥੱਲੇ ਵੀ ਆਪਣਾ ਦੇਖ ਲਾ ਉੱਥੇ ਸਰਦਾ ਹੀ ਨੀ ਆਇਆ ਵੀ ਉੱਪਰ ਬਣਾ ਲੋ ਆਪਾਂ ਤਾਂ ਨੀ ਰਹਿ ਸਕਦੇ ਆ ਨਹੀਂ ਦੂਰੇ ਤਾਂ ਬਣਦੇ ਆ ਉੱਪਰ ਨੀਚੇ ਤਾਂ ਆਪਣੇ ਹੁਣ ਬਣਦੀ ਆ ਪਰ ਐ ਨੀ ਹੁੰਦਾ ਗਾ ਵੀ ਥੱਲੇ ਕਮਰਾ ਨਾ ਹੋਵੇ ਪੈਣ ਲਈ ਬੈਡ ਨਾ ਹੋਵੇ ਥੱਲੇ ਤਾਂ ਬੈਡ ਜਰੂਰ ਚਾਹੀਦਾ
ਸਾਡੇ ਹੁਣ ਮੇਰੇ ਭੈਣ ਭਾਣਜੀ ਦਾ ਘਰ ਪਾਇਆ ਦਾ ਉਹਨੇ ਉੱਪਰੀ ਪਾਇਆ ਸਾਰਾ ਅੱਛਾ ਤੇ ਥੱਲੇ ਨਹੀਂ ਕੀਤੀ ਰਸੋਈ ਸਾਰੇ ਕੀਤੀ ਥੱਲੇ ਉੱਤੇ ਤੇ ਹੁਣ ਇੰਨੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਹੁਣ ਔਖਾ ਹੈ ਨਾ ਬੈਠੀ ਰਹਿੰਦੀ ਉੱਤਰ ਜਾਂਦੀ ਸੀ ਪੌੜੀਆਂ ਉਹ ਹੁਣ ਟੀਟੂ ਮੇਰੇ ਹੁਣ ਆਉਂਦੀ ਹਿੰਮਤ ਹੈ ਮੇਰੇ ਜੀ ਨੀ ਕਰਦਾ ਨੀ ਥੱਲੇ ਉੱਤਰ ਹੁਣ ਉੱਤੇ ਬੈਠੀ ਰਹਿੰਦੀ ਹੈ ਹੁਣ ਉਹ ਬਹੁ ਫਿਰ ਉੱਤੇ ਜਾਂਦੀ ਫਿਰ ਥੱਲੇ ਕਰਦੀ ਆ ਕਦੇ ਦਾਲ ਪਾਣੀ ਥੱਲੇ ਚੁੱਲ੍ਹੇ ਤੇ ਬਣਾ ਲੈਂਦੀ ਆ ਕਈ ਫਿਰ ਰੋਟੀ ਵੀ ਕਹਿੰਦੀ ਚੱਲ ਚੁੱਲ੍ਹੇ ਤੇ ਬਣਾ ਲਾ ਤੇ ਆਪਾਂ ਨੂੰ ਜਿਮੀਦਾਰਾਂ ਨੂੰ ਨੀ ਸਰਦਾ ਉੱਤੇ ਤੇ ਥੱਲੇ ਉਦੋਂ ਮੇਰੇ ਭਰੋਈਆ ਮਰ ਗਿਆ ਉਦੋਂ ਉਹਦੇ ਵਾਸਤੇ ਕਰਨਾ ਸੀਗਾ ਵੀ ਥੱਲੇ ਉਹਨਾਂ ਮੈਂ ਤਾਂ ਥੱਲੇ ਕਮਰਾ ਬਣਾਉਣਾ ਹੁੰਦਾ ਥੱਲੇ ਕਮਰਾ ਬਾਅਦ ਨੂੰ ਕਿਸੇ ਨੂੰ ਵੀ ਰੱਖ ਸੀਗਾ ਉਹ ਤਾਂ ਬਾਅਦ ਨੂੰ ਹੈ ਕਿ ਥੱਲੇ ਤੇ ਪਰ ਉਹ ਦੂਜਾ ਫਿਰ ਤਿਆਰ ਨੀ ਕੀਤਾ ਪਹਿਲਾਂ ਵਾਲੇ ਫਿਰ ਗਏ ਕਿੰਨੀਆਂ ਸੋਹਣੀਆਂ ਗੱਲਾਂ ਸੁਣਾਈਆਂ ਮਾਮੀ ਨੇ ਤੁਹਾਨੂੰ ਤੇ ਹਜੇ ਹੋਰ ਸੁਣ ਲਾਂਗੇ ਆਪਾਂ ਮਾਮੀ ਦੀਆਂ ਗੱਲਾਂ ਮੰਮੀ ਵੀ ਦੇਖੂਗੀ ਹਨਾ ਆਪਦੀ ਮੰਮੀ ਦੀਆਂ ਗੱਲਾਂ ਸੁਣੂਗੀ ਆ ਮਾਮੀ ਦਾ ਪੋਤਾ ਇੱਧਰ ਮਗਰ ਹੋਇਆ ਬੈਠਾ ਚਲੋ ਹਾਏ ਬੋਲੋ ਹੈਲੋ ਬੋਲੋ ਹਾਏ ਤੁਸੀਂ ਕੀ ਖਾਂਦੇ ਹੋ ਕੀ ਖਾ ਰਹੇ ਹੋ ਤੁਸੀਂ ਕੀ ਖਾ ਰਹੇ ਹੋ ਕੀ ਹੈ ਬੋਲ ਕੇ ਦੱਸੋ ਇਹਨੂੰ ਦੱਸੋ ਅੰਗੂਰ ਬੋਲਦਾ ਹਨਾ ਤੇ ਪਰ ਬੋਲਣ ਇਹ ਇੰਡੀਆ ਜਾ ਕੇ ਲੱਗਿਆ ਸੀ ਹਨਾ ਇੰਡੀਆ ਜਾ ਕੇ ਲੱਗਿਆ ਸੀ ਹੈ ਜਾਣਾ ਇੰਡੀਆ ਪੱਖੀ ਜਾਣਾ ਅੱਛਾ ਫਰੀਦਕੋਟ ਜਾਣ ਨੂੰ ਤਿਆਰ ਆਪਾਂ ਮਿਲੇ ਸੀ ਨਾ ਯਾਦ ਆ ਤੈਨੂੰ ਜਾਣਾ ਤੂੰ ਮੈਨੂੰ ਮਿਲਿਆ ਸੀ ਯਾਦ ਆ ਯਾ ਯਾ ਯਾਦ ਆ ਤੈਨੂੰ ਅੱਛਾ ਵੈਰੀ ਗੁੱਡ ਹਾਂ ਫਰੀਦਕੋਟ ਕੋਲ ਜਾਣਾ ਫਰੀਦਕੋਟ ਫਰੀਦਕੋਟ ਕਿਹਦੇ ਕੋਲ ਜਾਣਾ ਕੌਣ ਆ ਚਾਚੂ ਹੈ ਚਾਚੂ ਚਾਚੂ ਹੈ ਹੋਰ ਕੌਣ ਹੈ ਹੈ ਪੂਜੀ ਹੈਗੀ ਆ ਨੋ ਪੂਜੀ ਪੂਜੀ ਹੈ ਨਹੀਂ ਉੱਥੇ ਪੂਜੀ ਹੈ ਤੂੰ ਕਿਹੜੇ ਪੂਜੀ ਨੂੰ ਮਿਲਣ ਜਾਣਾ ਹੁੰਦਾ ਪਾਮੀ ਪੂਜੀ ਪਾਮੀ ਪੂਜੀ ਲੋ ਜੀ ਇਹ ਗਗਨ ਹੈ ਮਾਮਾ ਜੀ ਦੀ ਡਾਟਰ ਇਨ ਲੋ ਹਾਂ ਇਹ ਆਪਣੇ ਕੋਲ ਫਰੀਦਕੋਟ ਆਏ ਸੀਗੇ ਪਰ ਉਸ ਦਿਨ ਆਪਾਂ ਇਹਨਾਂ ਦਾ ਵਲੌਗ ਨਹੀਂ ਬਣਾਇਆ ਸੀ ਹਨਾ ਉਸ ਦਿਨ ਨਹੀਂ ਬਣਾਇਆ ਸੀ ਆਪਾਂ ਤੇ ਅੱਜ ਇਹਨਾਂ ਦਾ ਵਲੌਗ ਆਪਾਂ ਥੋੜਾ ਸ਼ੂਟ ਕਰਾਂਗੇ $1,100-$1,100 ਵਧੀਆ ਆਪਦੇ ਖਰਚੇ ਤੋਂ ਤਾਂ ਵਾਧੂ ਆ ਜਾਂਦੀ ਆ ਹਾਂ ਵਾਧੂ ਆ ਜਾਂਦੀ ਆ ਜੋ ਆਪ ਵੀ ਬੇਫਿਕਰ ਆ ਵੀ ਚੱਲ ਇਹਨਾਂ ਦੇ ਮੰਮੀ ਡੈਡੀ ਦੇ ਖਰਚਾ ਨਿਕਲ ਜਾਂਦਾ ਦੇਣਾ ਨਹੀਂ ਪੈਂਦਾ ਹਾਂ ਨਹੀਂ ਠੀਕ ਆ ਫਿਰ ਸਾਰਿਆਂ ਦਾ ਆਪਦਾ ਆਪਦਾ ਜੇ ਨਿਕਲ ਆਉਂਦਾ ਤਾਂ ਚੰਗੀ ਗੱਲ ਹੈ ਫਿਰ ਔਖੇ ਵੀ ਖਰਚੇ ਇੱਥੇ ਝੱਲਣੇ ਹਾਂ ਸਹੀ ਗੱਲ ਆ ਵੀ ਇੱਥੇ ਔਖੀ ਹੈ ਇਹਨਾਂ ਤਾਂ ਹੈ ਨਹੀਂ ਵੀ ਇੱਥੇ ਆਪਾਂ ਚੱਕੀ ਜਾਂਦੇ ਆ ਆਰਤੀ ਦਿਖਾਈ ਜਾਂਦੇ ਆ ਇੱਥੇ ਤਾਂ ਕਮਾਲ ਹੋ ਤੇ ਖਾ ਲਓ ਬਸ ਦਿਹਾੜੀ ਕਰ ਲੋ ਤੇ ਖਾ ਲੋ ਸਹੀ ਗੱਲ ਹੈ ਮੈਂ ਕਹਿਣੀ ਹੁੰਦੀ ਹਾਂ ਆਹ ਚੱਕੋ ਬਈ ਟਿਫਨ ਆਪਦੇ ਆਪਦੇ ਜਵਾਕਾਂ ਨੂੰ ਕਹਿਣੀ ਹੁੰਦੀ ਹੈ ਜਾਓ ਦਿਹਾੜੀ ਵੈਸੇ ਤਾਂ ਇੱਕ ਗੱਲ ਹੈ ਹਨਾ
ਵੀ ਆਪਾਂ ਉੱਥੇ ਤਾਂ ਕਹਿ ਦਿੰਦੇ ਹਾਂ ਵੀ ਅਸੀਂ ਤਾਂ ਜਾਂਦੇ ਹਾਂ ਵੀ ਕੰਮ ਹੈ ਨੀ ਹਨਾ, ਮੈਂ ਐਂ ਕਹਿ ਰਹੀ ਹੁੰਦੀ ਹਾਂ ਵੀ ਇੰਡੀਆ 'ਚ ਆਪਾਂ ਕਹਿ ਦਿੰਦੇ ਹਾਂ ਵੀ ਕੰਮ ਨਹੀਂ ਹੈਗਾ ਵੀ ਤਾਂ ਕਰਕੇ ਭਾਈ ਅਸੀਂ ਤਾਂ ਜਵਾਕਾਂ ਨੂੰ ਭੇਜਦੇ ਹਾਂ ਉੱਥੇ ਵੀ ਉੱਥੇ ਕੰਮ ਕਰ ਲੈਣਗੇ, ਤੇ ਜਦੋਂ ਇੱਥੇ ਆ ਜਾਂਦੇ ਆ ਫਿਰ ਲੋਕ ਕਹਿੰਦੇ ਲੈ ਉੱਥੇ ਕੀ ਆ ਕੰਮ ਹੀ ਕੰਮ ਹੈ, ਫਿਰ ਅਗਲਾ ਕਹਿ ਦਿੰਦਾ ਕੰਮ ਹੀ ਕੰਮ ਹੈ, ਤੇ ਕੰਮ ਦੇ ਮਾਰੇ ਹੀ ਤਾਂ ਆਏ ਸੀ, ਕੰਮ ਦੇ ਮਾਰੇ ਆ ਆਪਾਂ ਸਹੂਲਤਾਂ ਕੰਮ ਦੇ ਮਾਰੇ, ਹਾਂ ਸਹੂਲਤਾਂ ਪੈਸੇ ਮਿਲਦੇ ਅਗਲੇ ਡਾਲਰ ਨਾਲ ਸਹੂਲਤਾਂ ਵੀ ਹੈ, ਨਾ ਜਾਂਦਾ ਹਾਂ ਵੀ ਇਕੱਲਾ ਕੰਮ ਹੀ ਨਹੀਂ ਨਾ, ਨਾਲ ਸਹੂਲਤਾਂ ਵੀ ਤਾਂ ਬਹੁਤ ਹੈ ਵੀ ਹੈ ਨਾਲ, ਹੁਣ ਇੱਥੇ ਬੜੇ ਜਵਾਕ ਨੂੰ ਆ ਜੰਮਦੇ ਨੂੰ ਪੈਸੇ ਲੱਗ ਜਾਂਦੇ ਆ, ਉੱਥੇ ਇੰਡੀਆ ਕਿੱਥੇ ਲੱਗਦੇ ਆ, ਸਹੀ ਗੱਲ ਹੈ, ਉੱਥੇ ਕੀ ਮਿਲਦਾ 14 ਸਾਲ ਤੱਕ ਹੈ ਬੱਚੇ ਦਾ ਖਰਚਾ ਤਾਂ ਦੇਣ ਦੀ ਆ, ਖਰਚੇ ਜੇ ਕਿਸੇ ਦੇ ਦੋ ਬੱਚੇ ਆ ਹੁਣ ਜਿਵੇਂ ਤੁਹਾਡੇ ਥੋੜੇ ਦੋਨਾਂ ਦਾ ਆਉਂਦਾ ਹਾਂ ਫਿਰ ਦੋ ਦਾ ਆਊਗਾ, 6 ਸਾਲਾਂ ਤੱਕ $100 ਵਾਧਾ ਆਉਂਦਾ ਹੁੰਦਾ ਆ, 6 ਸਾਲਾਂ ਤੋਂ ਬਾਅਦ ਉਹ $100 ਘਟਾ ਦਿੰਦੇ ਆ, ਸੋਲਾਂ ਸਾਲ ਤੱਕ ਮਿਲਦੇ ਹੀ ਰਹਿੰਦੇ, ਫਿਰ ਸਹੂਲਤਾਂ ਵੀ ਤਾਂ ਹੈਗੀਆਂ, ਮੈਡੀਕਲ ਤਨਵੀਰ ਬੋਲੋ, ਤਨਵੀਰ ਡੈਡਾ, ਡੈਡਾ ਤਨਵੀਰ ਡੈਡਾ, ਮਸਤੀ ਕਰਨ ਲੱਗ ਗਿਆ ਹੁਣ, ਦੇਖੀ ਹੁਣ ਮਸਤੀ ਕਰਨ ਲੱਗ ਗਿਆ, ਮੈਨੂੰ ਦੇ ਦੇ ਅੰਗੂਰ, ਥੈਂਕ ਯੂ, ਬਹੁਤ ਸਿਆਣਾ ਸ਼ੇਅਰ ਕਰਕੇ ਖਾਂਦਾ, ਹਾਂ ਹੁਣ ਵਧੀਆ ਆਉਂਦੀ ਹੈ, ਪਹਿਲਾਂ ਸਾਹਮਣੇ ਧੁੱਪ ਪਈ ਜਾਂਦੀ ਸੀ ਨਾ ਤੇ ਉਹ ਕਾਲੀ ਕਾਲੀ ਆਈ ਜਾਂਦੀ ਸੀ, ਸੋਲਾਂ 'ਚ ਅਸੀਂ ਆਏ ਮਾਮੀ ਜੀ ਉਹਨਾਂ ਕੋਲੇ, ਕਿੰਨੇ ਦਿਨ ਲੱਗ ਗਏ ਸੀ, 5 ਦਿਨ, ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਘੁਮਾਇਆ ਫਿਰਾਇਆ, ਕੰਮ ਛੱਡ ਕੇ ਘੁਮਾਇਆ ਇਹਨਾਂ ਨੇ ਸਾਨੂੰ, ਉਦੋਂ ਇੰਨਾ ਘੁਮਾਤਾ ਬ੍ਰੈਂਪਟਨ ਦਾ, ਹੁਣ ਮੇਰਾ ਜੀ ਨਹੀਂ ਕਰਦਾ ਵੀ ਕੁਛ ਕਿਤੇ ਘੁੰਮ ਗਿਆ ਵਾ, ਹੁਣ ਜੇ ਮੈਨੂੰ ਆਦੇਸ਼ ਕਹਿੰਦਾ ਨਾਇਗਰਾ ਫਾਲ ਚੱਲੀਏ, ਮੈਂ ਉਹ ਮੈਂ ਦੇਖਿਆ ਹੋਇਆ, ਸੀ ਐਂਡ ਆਵਰ ਉਹ ਵੀ ਮੇਰਾ ਦੇਖਿਆ ਹੋਇਆ, ਮਾਰੇ ਜੀ ਕਹਿੰਦੇ ਉਹ ਤਾਂ ਮੇਰਾ ਦੇਖਿਆ ਹੋਇਆ, ਕਹਿੰਦਾ ਫਿਰ ਕਿਉਂ ਕਿਤੇ ਦੇਖਿਆ ਤੂੰ ਦੁਬਾਰਾ ਨਹੀਂ ਦੇਖ ਸਕਦੇ, ਮੈਂ ਉਹਨੇ ਦੇਖਿਆ ਮੰਗੇ, ਪਰ ਉਹ ਕਰਿਓਸਿਟੀ ਜੀ ਨਹੀਂ ਨਾ ਰਹਿੰਦੀ ਫਿਰ, ਵੀ ਜਦੋਂ ਆਪਾਂ ਇੱਕ ਵਾਰੀ ਦੇਖ ਆਉਂਦੇ ਫਿਰ ਐਂ ਹੁੰਦਾ ਵੀ ਚੱਲ ਕੋਈ ਗੱਲ ਨਹੀਂ, ਬਹੁਤ ਜੀ ਲੱਗਿਆ ਸੀ, ਅਖੇ ਮੈਂ ਆਦੇਸ਼ ਨੂੰ ਕਹਿ ਦਿੰਦੀ ਹਾਂ ਆਦੇਸ਼ ਬ੍ਰੈਂਪਟਨ ਸਾਡਾ ਬਹੁਤ ਜ਼ਿਆਦਾ ਜੀ ਲੱਗਿਆ ਸੀ, ਅਤੇ ਊਂ ਤਾਂ ਖੈਰ ਸਾਰੇ ਥਾਈਂ ਸਾਡਾ ਵਧੀਆ ਜੀ ਲੱਗਿਆ, ਐਡਮਿੰਟਨ ਵੀ ਹੈ ਨਾ, ਕੈਲਗਰੀ ਵੀ, ਹਾਂ ਹਾਂ ਉਹ ਰਾਹ ਸੀਗੇ ਨਾ, ਚੱਲ ਹੁਣ ਮੈਨੂੰ ਨਾ ਥੋੜ੍ਹਾ ਜਿਹਾ ਆਇਆ ਹੁੰਦਾ ਵੀ ਆਦੇਸ਼ ਦੇ ਪਾਪਾ ਇੱਕ ਵਾਰੀ ਆ ਗਏ, ਵੀ ਚਲੋ ਆ ਕੇ ਗਏ ਆ ਦੇਖ ਕੇ ਗਏ, ਜੇ ਉਹ ਨਾ ਆਏ ਹੁੰਦੇ ਨਾ ਮੈਨੂੰ ਹੁਣ ਬਹੁਤ ਫੀਲ ਹੋਣਾ ਸੀ ਹਨਾ, ਵੀ ਮੈਂ ਤੁਰੀ ਫਿਰਦੀ ਹਾਂ ਤੇ ਉਹਨਾਂ ਨੇ ਆਏ ਨੀ, ਉਹ ਦੇਖਿਆ ਹੀ ਨੀ ਹਨਾ, ਹੁਣ ਮੈਨੂੰ ਬਸ ਇਹ ਸੈਟਿਸਫੈਕਸ਼ਨ ਜ਼ਰੂਰ ਹੁੰਦੀ ਹੈ ਵੀ ਅਸੀਂ ਦੋਨੇ ਆ ਗਏ ਸੀ, ਹਾਂ ਕਾਕੇ ਨੂੰ ਵਿਚਾਰੇ ਨੂੰ ਇਹ ਸਾਡੇ ਕਾਕੇ ਨੂੰ ਬਹੁਤ ਚਾਅ ਸੀ ਇਸ ਨੂੰ ਵੀ, ਤੇ ਇਹ ਤਾਂ ਵੀ ਵਿਚਾਰੇ ਦਾ ਨੀ ਆਉਣਾ ਹੋਇਆ, ਪਹਿਲਾਂ ਹੀ ਤੁਰ ਗਿਆ ਵੇਖਿਆ ਨੀ ਕੁਛ ਵੀ, ਸਾਰੇ ਕਾਕੇ ਸਾਰੇ ਆ ਗਏ,
ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਰਿਓ ਜਿਹੜੇ ਵਿਊਅਰਸ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵਲੌਗ ਕਿਹੋ ਜਿਹਾ ਲੱਗਿਆ ਥੈਂਕ ਯੂ ਸੋ ਮਚ